ਪੂਰੇ ਬਾਈ 1:35 ਹੋ ਚੁੱਕੇ ਆ। ਮੈਨੂੰ ਲੱਗਦਾ ਜਦੋਂ ਦੀਆਂ ਗਰਮੀਆਂ ਸ਼ੁਰੂ ਹੋਈਆਂ ਨੇ ਅੱਜ ਸਾਰਿਆਂ ਨਾਲੋਂ ਜ਼ਿਆਦਾ ਗਰਮੀ ਆ। ਉੱਡਦੇ ਆ ਬਾਈ ਹਲੇ ਵੀ ਆਸਮਾਨ ਦੇ ਵਿੱਚ ਵੱਡੇ ਵੱਡੇ ਚੱਕਰ ਲਾਉਂਦੇ ਆ। ਸਵਾਗਤ ਬਾਈ ਤੁਹਾਡਾ ਨਵੇਂ ਵਲੌਗ ਦੇ ਵਿੱਚ। ਬਾਕੀ ਮੈਂ ਤੁਹਾਨੂੰ ਪਰਿੰਦੇ ਫਿਰ ਬਾਅਦ ਵਿੱਚ ਸਾਰੇ ਦਿਖਾਊਂਗਾ ਕੱਲਾ ਕੱਲਾ ਚੰਗੀ ਤਰ੍ਹਾਂ। ਇੱਥੇ ਕਿ ਉੱਡਦੇ ਸੀ ਯਾਰ, ਹੁਣ ਤਾਂ ਹਲੇ ਮੈਨੂੰ ਦਿਖੇ ਸੀ। ਮੈਨੂੰ ਯਾਰ ਕਬੂਤਰ ਨਹੀਂ ਦਿਖੇ, ਜਦੋਂ ਨੀਵਾਂ ਹੋਣਗੇ ਫਿਰ ਮੈਂ ਤੁਹਾਨੂੰ ਦਿਖਾ ਦਿੰਦਾ। ਇੱਧਰ ਬਾਈ ਗੱਬਰ ਨੂੰ ਯਾਰ ਧੁੱਪ ਦੇ ਵਿੱਚ ਖੜਨਾ ਪਤਾ ਨਹੀਂ ਕਿਉਂ ਪਸੰਦ ਆ, ਜਾਂ ਸਿਰਫ ਇਹ ਦੋ ਮੁਰਗੀਆਂ ਧੁੱਪ ਦੇ ਵਿੱਚ ਨੇ, ਇਹ ਵੀ ਹੁਣ ਪਾਣੀ ਪੀਣ ਆਈਆਂ ਨੇ ਤਾਂ ਕਰਕੇ। ਬਾਕੀ ਸਾਰੇ ਪਰਿੰਦੇ ਦੇਖੋ ਛਾਂ ਦੇ ਵਿੱਚ ਆ। ਗੱਬਰ ਨੂੰ ਪਤਾ ਨਹੀਂ ਹਲੇ ਬਾਈ ਠੰਡ ਲੱਗਦੀ ਆ। ਗੱਬਰ ਬਾਈ ਗਰਮੀ ਦਾ ਮੌਸਮ ਆ ਗਿਆ, ਮੈਂ ਤੈਨੂੰ 1 ਦਿਨ ਪਹਿਲਾਂ ਵੀ ਦੱਸਿਆ ਸੀ ਗਰਮੀ ਨਾ ਲਵਾ ਲਈ, 1 ਵਾਰ ਬਿਮਾਰ ਹੋ ਗਿਆ ਮੁੜ ਕੇ ਠੀਕ ਹੋਣਾ ਔਖਾ ਹੋ ਜਾਣਾ। ਅੱਛਾ ਸਮਝਦਾਰਾਂ ਤੂੰ। ਸਾਰੇ ਪਰਿੰਦੇ ਹੋ ਮੇਰੀ ਗੱਲ ਸੁਣ ਲਓ, ਟਰਕੀ ਤੂੰ ਵੀ ਮੇਰੀ ਗੱਲ ਸੁਣ ਲਾ ਬਾਈ। ਕੁਰਸੀ ਪਿੱਛੇ ਹੁੰਦੀ ਆ ਲੜਾਈ, ਠੀਕ ਆ, ਮੇਰੀ ਕੁਰਸੀ ਦੇ ਨਾਲ ਬੈਠੇ ਹੋ ਫਿਰ ਨਾ ਕਿਹੋ ਮੇਰੀ ਤੁਹਾਡੇ ਨਾਲ ਲੜਾਈ ਹੋ ਗਈ। ਇੱਕ ਮੈਨੂੰ ਬਹੁਤ ਇਹ ਹੁੰਦਾ ਵੀ ਇਹ ਦਰਖਤ ਦਾ ਆਪਾਂ ਨੂੰ ਕਿੱਡਾ ਵੱਡਾ ਫਾਇਦਾ ਯਾਰ, ਦੇਖੋ ਛਾਂ ਨਾਲੇ ਦਰਖਤ ਦੀ ਛਾਂ ਤਾਂ ਯਾਰ ਕਿਸਮਤ ਵਾਲਿਆਂ ਨੂੰ ਮਿਲਦੀ ਹੁੰਦੀ ਆ, ਕਿਸਮਤ ਵਾਲਿਆਂ ਨੂੰ। ਠੰਡੀ ਠੰਡੀ ਹਵਾ, ਚਲੋ ਅੰਦਰ ਚੱਲਦੇ ਆ। ਇੱਧਰ ਲੈ ਲਾ ਮਜਨੂੰ ਦੇ ਨਾਲੇ ਤਾਂ ਬਾਈ ਤੁਹਾਨੂੰ ਬੱਚੇ ਵੀ ਦਿਖਾਉਣਾ, ਨਾਲੇ ਮੈਂ ਤੁਹਾਨੂੰ ਫੈਂਸੀ ਕਬੂਤਰ ਵੀ ਦਿਖਾਉਣਾ। ਚਲੋ 1 ਮਿੰਟ ਪਹਿਲਾਂ ਕਬੂਤਰ ਦੇਖ ਲਈਏ ਅੰਦਰ ਜਾਂਦੇ ਜਾਂਦੇ। ਹਾਂ ਬਈ ਗੱਬਰ ਆ ਲੈ ਬੈਠ ਗਿਆ ਧੁੱਪ ਦੇ ਵਿੱਚ, ਜਿਵੇਂ ਦਾ ਦਿਲ ਕਰਦਾ ਉਵੇਂ ਕਰਨ ਦੋ। ਇਹਨੂੰ ਮੈਂ ਐਵੇਂ ਫੜ ਕੇ ਛਾਂ ਦੇ ਵਿੱਚ ਲੈ ਕੇ ਜਾਊਂਗਾ, ਉੱਥੋਂ ਫਿਰ ਧੁੱਪ ਦੇ ਵਿੱਚ ਆਊਗਾ। ਕਬੂਤਰ ਦਿਖ ਜਾਣਾ ਬਸ ਮੈਨੂੰ, ਟੈਨਸ਼ਨ ਨਾ ਲਓ ਬਾਈ, ਮੈਨੂੰ ਕਬੂਤਰ ਤਾਂ ਕਿਤੇ ਵੀ ਨਹੀਂ ਦਿਖੇ। ਅੱਜ ਜੋ ਵੀ ਵਲੌਗ ਬਣਾਵਾਂਗੇ ਪੂਰਾ ਤਸੱਲੀ ਬਖਸ਼ ਵਲੌਗ ਬਣਾਵਾਂਗੇ। ਆਪਣੇ ਕਬੂਤਰ ਵੀ ਇੱਥੇ ਨੇ, ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ। ਇਹ ਗੇਟ ਖੋਲਦੇ ਆ, ਅੱਜ ਇੰਨੀ ਗਰਮੀ ਆ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਫੋਨ ਵੀ ਥੋੜੇ ਟਾਈਮ ਬਾਅਦ ਸਾਥ ਛੱਡ ਜਾਂਦਾ, ਐਵੇਂ ਕਹਿ ਦਿੰਦਾ ਵੀ ਤੁਹਾਡੇ ਫੋਨ ਦੀ ਬੈਟਰੀ ਗਰਮ ਹੋ ਚੁੱਕੀ ਆ। ਗੇਟ ਦੇ ਅੱਗੇ ਅੱਜ ਮੈਨੂੰ ਮਿਲੀ ਆ ਟਰਕੀ, ਅੱਗੇ ਮੈਨੂੰ ਮਿਲਦੀ ਹੁੰਦੀ ਆ ਇੱਥੇ ਇੱਕ ਕਬੂਤਰੀ ਆ, ਉਹ ਇੱਥੇ ਬੈਠੀ ਹੁੰਦੀ ਆ। ਜਦੋਂ ਮੈਂ ਗੇਟ ਖੋਲਣਾ ਹੁੰਦਾ ਜਾਂ ਤਾਂ ਉਹਦੀ ਪੂਛ ਗੇਟ ਦੇ ਥੱਲੇ ਆ ਜਾਂਦੀ ਹੈ ਜਾਂ ਉਹਦੀ ਗਰਦਨ ਗੇਟ ਦੇ ਥੱਲੇ ਆ ਜਾਂਦੀ ਆ। ਬਾਈ ਗੇਟ ਨੂੰ ਬੜਾ ਬਚਾ ਕੇ ਖੋਲਣਾ ਪੈਂਦਾ ਯਾਰ, ਇਹ ਮੁਰਗੀ ਦੇ ਬੱਚੇ ਦੀ ਮੈਨੂੰ ਸਮਝ ਨਹੀਂ ਲੱਗਦੀ। ਜੇ ਤਾਂ ਮੈਂ ਇਹਨੂੰ ਵੱਡੇ ਸਾਰੇ ਪਰਿੰਦਿਆਂ ਨੇ ਛੱਡ ਦਾਂ, ਬਈ ਇਹਨੂੰ ਬਹੁਤ ਜ਼ਿਆਦਾ ਮਾਰਦੇ ਆ, ਤੰਗ ਵੀ ਕਰਦੇ ਆ। ਇਹ ਆਪਦੀ ਮਾਂ ਕੋਲ ਰਹਿਣਾ ਹਲੇ ਵੀ ਬਹੁਤ ਪਸੰਦ ਕਰਦੀ ਆ, ਫਿਰ ਇਸੇ ਕਰਕੇ ਮੈਂ ਇਹਨੂੰ ਬਾਕੀ ਵੱਡੇ ਪਰਿੰਦਿਆਂ ਦੇ ਵਿੱਚ ਹਲੇ ਨਹੀਂ ਛੱਡਿਆ। ਮੈਂ ਕਿਹਾ ਵੀ ਜੇ ਥੋੜਾ ਬਹੁਤਾ ਅਟੈਕ ਕਿਸੇ ਵੱਡੇ ਪਰਿੰਦੇ ਨੇ ਇਹਦੇ ਤੇ ਕਰਤਾ ਨਾ, ਇਹਨੇ ਉੱਥੇ ਡੈੱਡ ਹੋ ਜਾਣਾ। ਥੋੜੀ ਜਿਹੀ ਵੱਡੀ ਹੋਰ ਹੋ ਜਾਵੇ ਫਿਰ ਇਹਨੂੰ ਆਪਾਂ ਬਾਕੀ ਸਾਰੇ ਪਰਿੰਦਿਆਂ ਦੇ ਵਿੱਚ ਛੱਡਾਂਗੇ। ਤੇ ਲੈਲਾ ਮਜਨੂ ਦੇ ਬੱਚਿਆਂ ਦੀ ਰੋਟੀ ਬਾਈ ਇਹਦੇ ਵਿੱਚ ਭਿਉਂਤੀ ਪਈ ਆ, ਤੇ ਬਸ ਇੱਥੋਂ ਆਪਾਂ ਥੋੜੀ ਜਿਹੀ ਚੱਕਦੇ ਆ ਤੇ ਇਹ ਢੱਕਣ ਦੇ ਵਿੱਚ ਪਾ ਦਿੰਦੇ ਆ। ਓਏ ਤੂੰ ਉਧਰ ਚੱਲ ਬਈ, ਓਏ ਹੋਏ ਆ ਲਓ ਦੋਨੋਂ ਬੱਚੇ ਆ ਗਏ ਹੁਣ ਇਹਨਾਂ ਨੂੰ ਪਤਾ ਲੱਗ ਜਾਂਦਾ। ਅੱਗੇ ਜਦੋਂ ਮੈਂ ਇਹਨਾਂ ਨੂੰ ਰੋਟੀ ਪਾਉਂਦਾ ਹੁੰਦਾ ਸੀ ਇਹਨਾਂ ਨੂੰ ਐਵੇਂ ਪੈਰਾਂ ਨਾਲ ਐਵੇਂ ਐਵੇਂ ਕਰਕੇ ਇੱਥੇ ਨਾ ਲੈ ਕੇ ਆਉਣਾ ਪੈਂਦਾ ਹੁੰਦਾ ਸੀ, ਹੁਣ ਤੁਸੀਂ ਦੇਖਿਆ ਰੋਟੀ ਪਾਈ ਨਾਲ ਦੀ ਨਾਲ ਆ ਗਏ। ਥੋੜੀ ਜਿਹੀ ਰੋਟੀ ਹੋਰ ਆ ਇਹ ਵੀ ਪਾ ਦਿੰਦੇ ਆ, ਕਿਉਂਕਿ ਜ਼ਿਆਦਾ ਸ਼ੌਂਕ ਨਾਲ ਰੋਟੀ ਉਹ ਖਾਂਦੇ ਆ, ਦਾਣੇ ਨੂੰ ਵੀ ਇੰਨਾ ਸ਼ੌਂਕ ਨਾਲ ਨਹੀਂ ਖਾਂਦੇ, ਹਲੇ ਛੋਟੇ ਆ। ਜੋ ਜੋ ਵੱਡੇ ਹੋਣਗੇ ਦਾਣਾ ਵੀ ਖਾਣਗੇ ਹਰਾ ਵੀ ਖਾਣਗੇ। ਲੱਕੀ ਕਬੂਤਰੀ ਦੇ ਵਿੱਚ ਇਹ ਮੈਨੂੰ ਉਮੀਦ ਸੀ ਵੀ ਕਬੂਤਰ ਨਿਕਲੂਗਾ, ਇਹ ਵੀ ਕਬੂਤਰੀ ਨਿਕਲੀ, ਜੋ ਬਈ ਇਹਦੇ ਨਾਲ ਦੀ ਉਹ ਵੀ ਕਬੂਤਰੀ ਨਿਕਲੀ। ਇਹਨਾਂ ਦਾ ਬਾਈ ਹਲੇ ਤੱਕ ਸਮਝੌਤਾ ਨਹੀਂ ਹੋਇਆ, ਦੇਖੋ ਤਿੰਨੋਂ ਕਿਵੇਂ ਖੜੇ ਆ। ਯਾਰ ਇਹ ਕਬੂਤਰ ਦਾ ਸੁਭਾਅ ਇੰਨਾ ਅੜਬਾ ਬਾਈ, ਇੰਨਾ ਅੜਬਾ ਕਬੂਤਰ ਥੋੜਾ ਜਿਹਾ ਉਹਦੇ ਕੋਲ ਨੂੰ ਜਾਂਦਾ, ਇੰਨਾ ਵਿਚਾਰਾ ਡਰਾਇਆ ਪਿਆ ਇਹ ਕਬੂਤਰ, ਕਦੇ ਇਹਨੂੰ ਦੂਰ ਕਬੂਤਰੀ ਤੋਂ ਕਰ ਦਿੰਦਾ। ਕਬੂਤਰੀ ਤੇਰੇ ਲਈ ਵੀ ਇਹ ਮਾੜੀ ਗੱਲ ਆ ਬਾਈ, ਤੂੰ ਉਹਨੂੰ ਧੋਖਾ ਦੇ ਰਹੀ ਆ, ਤੂੰ ਇਹਦੇ ਨਾਲ ਦੋਸਤੀ ਬਾਅਦ ਵਿੱਚ ਕਰੀ ਆ, ਪਹਿਲਾਂ ਤੇਰੀ ਦੋਸਤੀ ਉਹਦੇ ਨਾਲ ਸੀ। ਅੱਛਾ ਚੱਲ ਬਾਕੀ ਤੇਰੀ ਮਰਜ਼ੀ। ਇੱਕ ਰੈਬਿਟ ਇੱਧਰ ਆ, ਇੱਕ ਰੈਬਿਟ ਉੱਧਰ ਆ। ਇਹ ਰੈਬਿਟ ਜ਼ਿਆਦਾ ਪਸੰਦ ਕਮਰੇ ਦੇ ਵਿੱਚ ਰਹਿਣਾ ਕਰਦਾ, ਟਰਕੀ ਕਿਸੇ ਵੀ ਮੁਰਗੀ ਤੇ ਕਿਸੇ ਵੀ ਕਬੂਤਰ ਤੇ ਜਮਾ ਅਟੈਕ ਨਹੀਂ ਕਰਦੀ, ਪਰ ਬਾਈ ਖਰਗੋਸ਼ ਨੂੰ ਬਖਸ਼ਦੀ ਨਹੀਂ। ਇਹ ਮੁਰਗੀ ਦੇ ਥੱਲੇ ਮੈਨੂੰ ਵੀ ਨਹੀਂ ਪਤਾ ਵੀ ਕਿੰਨੇ ਆਂਡੇ ਰੱਖੇ ਹੋਏ ਆ, ਪਰ ਸਾਰੇ ਆਂਡੇ
ਤੜਕੀ ਦੇ ਨੇ। ਹੁਣ ਇੱਕ ਮੁਰਗੀ ਇਹ ਬੈਠੀ ਆ, ਇੱਕ ਮੁਰਗੀ ਇਹ ਬੈਠੀ ਆ, ਫਿਰ ਆਪਣੇ ਕੋਲ ਚੂਚੇ ਹੋ ਜਾਣਗੇ। ਨਾਲੇ ਪਤਾ ਕੀ ਹੁੰਦਾ ਯਾਰ, ਜੋ ਆਪਾਂ ਇਨਕੂਬੇਟਰ ਵਿੱਚ ਆਂਡੇ ਰੱਖਦੇ ਹਾਂ, ਮੰਨ ਲਓ ਵੀ ਇਨਕੂਬੇਟਰ ਰਾਹੀਂ ਬੱਚੇ ਬਾਹਰ ਨਿਕਲਿਆ, ਉਸ ਤੋਂ ਬਾਅਦ ਉਹ ਬੱਚਿਆਂ ਨੂੰ ਵੱਡਾ ਕਰਨ ਵਿੱਚ ਬਈ ਬੜੀ ਪਰੇਸ਼ਾਨੀ ਆਉਂਦੀ ਆ। ਹੁਣ ਜਿਵੇਂ ਆਹ ਦੇਖੋ, ਟਰਕੀ ਦੇ ਦੋ ਬੱਚੇ ਨਿਕਲੇ ਆਂਡਿਆਂ ਦੇ ਵਿੱਚੋਂ, ਮਾਂ ਆਪਦੇ ਬੱਚਿਆਂ ਦੇ ਨਾਲ ਨਾ ਰਹਿੰਦੀ ਆ, ਬੱਚਿਆਂ ਨੇ ਜਲਦੀ ਜਲਦੀ ਵੱਡੇ ਹੋ ਜਾਣਾ। ਇਹ ਕਬੂਤਰੀ ਦੀ ਗੱਲ ਕਰਦਾ, ਇਹ ਕਬੂਤਰੀ ਦੇ ਕਿਸੇ ਪਰਿੰਦੇ ਨੇ ਅਟੈਕ ਕਰਿਆ, ਇਹਦੇ ਸਾਰੇ ਖੰਭ ਤੋੜਤੇ, ਫਿਰ ਮੈਂ ਸਾਰੇ ਖੰਭੇ ਦੇ ਜੜ ਦੇ ਵਿੱਚੋਂ ਕੱਢਦੇ, ਪੂਛ ਦੇ ਵੀ ਔਰ ਬਈ ਪੱਲਿਆਂ ਦੇ ਵੀ। ਹੁਣ ਇਹਦੇ ਖੰਭ ਪਿਜਾਰੀ ਦੇ ਨਵੇਂ ਆ ਜਾਣਗੇ, ਐਮੀਗੇਟ ਖੋਲਦਾ ਥੱਲੇ ਆ ਜਾਂਦੀ ਆ। ਤੇ ਆ ਲੋ ਹੁਣ ਇੱਧਰ 3:30 ਵਜੇ ਤੱਕ ਕੋਈ ਵੀ ਕੰਮ ਨਹੀਂ, ਜਦੋਂ ਜਾਣਾ ਹੁੰਦਾ ਛੱਤ ਦੇ ਉੱਪਰ ਬਈ ਧੁੱਪ ਹੁੰਦੀ ਆ ਤੇਜ਼, ਉਹਦੇ ਕਾਰਨ ਇਹ ਪੌੜੀ ਆ ਲੋਹੇ ਦੀ ਇੰਨੀ ਗਰਮ ਹੋ ਜਾਂਦੀ ਆ, ਉੱਪਰ ਜਾਣ ਵਿੱਚ ਬੜੀ ਪਰੇਸ਼ਾਨੀ ਆਉਂਦੀ ਆ ਕਿਉਂਕਿ ਗਰਮ ਹੁੰਦੀ ਆ ਯਾਰ ਆਹ ਚੀਜ਼। ਆਹ ਦੇ ਹੁਣ ਫੜ ਕੇ ਐਵੇਂ ਚੜਾਂਗੇ, ਹਲੇ ਵੀ ਬਹੁਤ ਗਰਮ ਆ। ਮੈਂ ਕਿਹਾ ਕਿਤੇ ਆਪਣੇ ਕਬੂਤਰ ਚਲੇ ਤਾਂ ਨਹੀਂ ਗਏ, ਮੈਂ ਛੱਤ ਦੇ ਉੱਪਰ ਨਹੀਂ ਗਿਆ, ਮੈਂ ਆਪਣੇ ਪਰਿੰਦਿਆਂ ਕੋਲ ਬੈਠ ਗਿਆ। ਇਹ ਆ ਗਏ ਬਾਈ, ਆਹ ਦੇਖੋ ਉੱਡਦੇ, ਮੈਨੂੰ ਲੱਗਦਾ ਇੱਕ ਕਬੂਤਰ ਆਪਣਾ ਛਤਰੀ ਤੇ ਬੈਠ ਗਿਆ, ਨਹੀਂ ਨਹੀਂ ਉੱਡਦਾ, ਆਹ ਉੱਡਦਾ, ਦੂਜਾ ਆਹ ਉੱਡਦਾ, ਇੱਥੋਂ ਦੇਖੋ ਆਹ ਆ ਗਏ ਬਾਈ ਦੋਨੋਂ, ਬੈਠ ਗਿਆ ਬੈਠ ਗਿਆ, ਨਹੀਂ ਬਾਈ ਹਲੇ ਨਹੀਂ ਬੈਠਿਆ, ਘੁੰਮ ਕੇ ਦੁਬਾਰਾ ਫੇਰ ਆ ਗਏ। ਧੁੱਪ ਦੇਖੋ ਕਿੰਨੀ ਤੇਜ਼ ਆ, ਆਹ ਨਿਕਲ ਗਿਆ ਤੂਤ ਦੇ ਇੱਧਰ ਚ ਆ ਗਿਆ, ਪਹਿਲਾਂ ਬੈਠੂਗਾ ਇਹ ਚਿੱਟਾ ਕਬੂਤਰ, ਉਸ ਤੋਂ ਬਾਅਦ ਬੈਠੂਗਾ ਉਡਾਨ ਦਾ ਬਾਪ, ਆ ਗਿਆ ਇੱਕ ਤਾਂ ਨਹੀਂ ਬੈਠਿਆ, ਦੂਜਾ ਆ ਗਿਆ ਇਹ ਵੀ ਨਹੀਂ ਬੈਠਿਆ, ਇਹ ਦੇਖਿਆ ਓਏ ਹੋਏ 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 ਹੋਏ, ਛਤਰੀ ਤੇ ਕਿੰਨਾ ਕਮਾਲ ਆ ਕੇ ਬੈਠਿਆ, ਖੁਸ਼ ਕਰਿਆ, ਇਹ ਆ ਗਿਆ ਬਾਈ ਉਡਾਨ ਦਾ ਬਾਪ, ਇਹ ਵੀ ਬੜਾ ਕਮਾਲ ਆ ਕੇ ਬੈਠਿਆ। ਓਏ ਜਾਲ ਤੇ ਕਿਉਂ ਬੈਠ ਗਿਆ ਬਾਈ, ਛਤਰੀ ਤੇ ਬੈਠ ਜਾ, ਇਹ ਗੇਟ ਖੋਲਦੇ ਆ, ਹਾਲ ਦੇਖੋ ਤੁਸੀਂ ਪਹਿਲਾਂ ਕਬੂਤਰ ਦਾ, ਪੂਰੇ ਬਾਈ 2 ਵਜੇ ਆ ਕੇ ਛਤਰੀ ਤੇ ਬੈਠਿਆ, ਇਹ ਵੀ ਉਹ ਵੀ, ਦੋਨਾਂ ਨੂੰ ਕਰਦੇ ਆ ਅੰਦਰ, ਆ ਜਾਓ ਵੀ, ਆਏ ਹਾਏ ਇਹ ਕਿੰਨੀ ਜਲਦੀ ਆਇਆ, ਸਿੱਧਾ ਅੰਦਰ ਆ ਜਾ ਬਾਈ, ਤੇਰੇ ਨਾਲ ਦਾ ਅੰਦਰ ਚਲਿਆ ਗਿਆ, ਤੂੰ ਜਾਲ ਤੇ ਕਿਉਂ ਬੈਠਾ, ਜਾਲ ਦੇ ਵਿੱਚ ਬੈਠਿਆ ਬੱਚੇ, ਇਹਨਾਂ ਦਾ ਵੀ ਟਾਈਮ ਆਊਗਾ, ਜਿਵੇਂ ਤੁਸੀਂ ਵੱਡੀਆਂ ਵੱਡੀਆਂ ਉਡਾਰੀਆਂ ਲਾਉਂਦੇ ਹੋ ਇਹ ਵੀ ਲਾਉਣਗੇ, ਆ ਜਾ ਤੂੰ, ਉਹ ਤੋਂ ਤਾਂ ਹਿੱਲੇ ਨਹੀਂ ਹੁੰਦਾ ਬਾਈ, ਇੱਕ ਥਾਂ ਤੇ ਬੈਠ ਗਿਆ, ਓਏ ਤੂੰ ਓਏ ਯਾਰ ਛੱਟ ਯਾਰ, ਜਦੋਂ ਵੀ ਮੈਂ ਗੇਟ ਖੋਲਦਾ ਬਾਈ ਇਹ ਕਬੂਤਰੀ ਇਹ ਕਬੂਤਰ, ਇਹਨਾਂ ਨੇ ਪੱਕਾ ਬਾਹਰ ਨਿਕਲਣਾ ਹੀ ਹੁੰਦਾ, ਇਹਦਾ ਦੇਖੋ ਕੀ ਹਾਲ ਆ, ਉੱਥੇ ਜਾਂਦਾ ਯਾਰ ਜਲਦੀ ਅੰਦਰ ਹੋ ਜਾਊਗਾ, ਇਹ ਆਹ ਦੇਖੋ ਇੱਥੋਂ ਬਸ ਇਹਨੂੰ ਥੋੜਾ ਜਿਹਾ ਡਰਾਉਣ ਦੀ ਜ਼ਰੂਰਤ ਹੈ, ਇਹ ਤਾਂ ਹਿੱਲਦਾ ਵੀ ਨਹੀਂ ਬਾਈ, ਚੱਲ 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 ਚੱਲ, ਆਹ ਦੇ ਗੇਟ ਖੁੱਲ੍ਹਾ, ਏ ਆ ਗਿਆ, ਅਤੇ ਇਹਦਾ ਵੀ ਬਾਈ ਮੈਂ ਤੁਹਾਨੂੰ ਹਾਲ ਦਿਖਾ ਰਿਹਾ, 10 ਮਿੰਟ ਬਾਅਦ ਦਿਖਾ ਰਿਹਾ ਜਦੋਂ ਦਾ ਆ ਕੇ ਛਤਰੀ ਤੇ ਬੈਠਿਆ, ਕੁਛ ਕੁ ਟਾਈਮ ਵੇਟ ਕਰੋ ਫਿਰ ਮੈਂ ਤੁਹਾਨੂੰ ਪਾਣੀ ਪਿਲਾਊਂਗਾ, ਠੀਕ ਆ। ਇਹ ਦੋ ਕਬੂਤਰਾਂ ਦੇ ਨਾਲ ਆਪਾਂ ਦੋ ਕਬੂਤਰ ਹੋਰ ਵੀ ਉਡਾਏ ਸੀ ਪਹਿਲਾਂ ਅੱਗੇ ਬੈਠ ਗਏ, ਇੱਕ ਇਹ ਕਾਲਾ ਕਬੂਤਰ ਅਤੇ ਇੱਕ ਬਾਈ ਇਹ ਬੱਚਾ, ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਕੱਲ ਨੂੰ ਕਿਹੜੇ ਕਿਹੜੇ ਕਬੂਤਰਾਂ ਦੀ ਵਾਰੀ ਆ ਉੱਡਣ ਦੀ, ਇੱਕ ਤਾਂ ਇਹ ਬੱਚੇ ਦੀ ਵਾਰੀ ਆ ਉੱਡਣ ਦੀ, ਇੱਕ ਹੈਗੀ ਆ ਬਈ ਇਹ ਬਾਜੀ ਵਾਲੀ ਕਬੂਤਰੀ ਦੀ ਵਾਰੀ, ਇੱਕ ਹੈਗੀ ਆ ਇਹ ਬੱਚੇ ਦੀ ਵਾਰੀ, ਇਹ ਬੱਚੇ ਨੂੰ ਜਦੋਂ ਆਪਾਂ ਪਹਿਲਾਂ ਉਡਾਇਆ ਸੀ 12 ਵਜੇ ਆ ਕੇ ਛਤਰੀ ਤੇ ਬੈਠਿਆ ਸੀ, ਉਹ ਦੇਖੋ ਕਿੰਨਾ ਜ਼ੋਰ ਲੱਗਿਆ ਹੋਇਆ ਉਡਾਨ ਦੇ ਬਾਪ ਦਾ, ਇਹ ਕਬੂਤਰ ਦਾ ਵੀ ਦੇਖੋ ਕਿੰਨਾ ਜ਼ੋਰ ਲੱਗਿਆ ਹੋਇਆ, ਇਹਨਾਂ ਨੂੰ ਵੀ ਹੁਣ ਆਪਾਂ ਬਦਾਮ ਸ਼ੁਰੂ ਕਰ ਦੇਣੇ ਆ ਕੱਲ ਤੋਂ। ਇਹ ਵੀ ਬੱਚਾ ਯਾਰ ਉੱਡਣ ਦੇ ਕਾਬਿਲ ਹੋ ਚੁੱਕਿਆ, ਮੈਂ ਹੁਣ ਇਹ ਸੋਚ ਰਿਹਾ ਵੀ ਇਹਨੂੰ ਵੀ ਹੁਣ ਆਪਾਂ ਉਡਾਇਆ ਕਰੀਏ, ਆ ਲੋ ਕਿੱਡਾ ਵੱਡਾ ਤਾਂ ਹੋ ਗਿਆ, ਲੱਕੇ ਕਬੂਤਰ ਉੱਡ ਕੇ ਉੱਧਰ ਨੂੰ ਚਲੇ ਗਏ ਸੀ ਆ ਗਏ, ਇਹਨਾਂ ਨੂੰ ਵੀ ਪਾਣੀ ਪਿਲਾਉਂਦੇ ਆ, ਤੇ ਜੋ ਉੱਡ ਕੇ ਆਇਆ ਉਹਨਾਂ ਨੂੰ ਵੀ ਪਾਣੀ ਪਿਲਾਉਂਦੇ ਆ, ਆਹ ਲਓ ਵੀ ਜਾਓ ਅੰਦਰ, ਇਹ ਓਏ ਇੱਧਰ ਓਏ ਹੋਏ ਉਲਟੀ ਕਬੂਤਰੀ ਆ, ਇਹ ਕਬੂਤਰ ਮੇਰੇ ਵੱਲ ਦੇਖ ਰਿਹਾ ਵੀ ਸਾਡਾ ਮਾਲਕ ਸਾਨੂੰ ਪਾਣੀ ਦਊਗਾ, ਪਰ ਬਈ ਮੈਂ ਤੁਹਾਡੇ ਫਾਇਦੇ ਲਈ ਉਹ ਤੁਹਾਨੂੰ ਪਾਣੀ ਨਹੀਂ ਦੇ ਰਿਹਾ, ਜੇ ਤੁਸੀਂ ਹੁਣ ਪਾਣੀ ਪੀ ਲਿਆ ਫਿਰ ਤੁਸੀਂ ਬਿਮਾਰ ਹੋ ਸਕਦੇ ਹੋ, ਮੈਨੂੰ ਤਾਂ ਇਹ ਸੀ ਵੀ ਮੈਨੂੰ ਘਰ ਜਾਣਾ ਪਊਗਾ ਪਾਣੀ ਲੈ ਕੇ ਆਉਣਾ ਪਊਗਾ, ਪਰ ਨਹੀਂ, ਪਾਣੀ ਥੱਲੇ ਬਾਲਟੀ ਦੇ ਵਿੱਚ ਪਿਆ, ਠੰਡਾ ਪਾਣੀ ਆ ਪੂਰਾ, ਇਹਨੂੰ ਤਾਂ ਯਾਰ ਆਪਾਂ ਡੋਹ ਲੈ ਦਿੰਦੇ ਹਾਂ।
ਵੈਸੇ ਤਾਂ ਇਹ ਵੀ ਠੀਕ ਆ ਯਾਰ, ਜੋ ਮੈਂ ਤੁਹਾਨੂੰ ਕਿਹਾ ਵੀ ਬੱਚਾ ਉੱਡਣ ਦੇ ਕਾਬਿਲ ਹੋ ਚੁੱਕਿਆ, ਇੱਕ ਤਾਂ ਆਪਾਂ ਹੁਣ ਇਹਨੂੰ ਫੜਦੇ ਆ ਤੇ ਇੱਕ ਆਪਾਂ ਫੜਦੇ ਆ ਬਈ ਇਹ ਬੱਚੇ ਨੂੰ, ਦੋਨਾਂ ਨੂੰ ਉਡਾਉਂਦੇ ਆ। ਹੁਣ ਨੀ ਉਡਾਵਾਂਗੇ ਯਾਰ, ਫੇਰ ਕਦੋਂ ਉਡਾਵਾਂਗੇ, ਕਿਉਂਕਿ ਜੋ ਜੋ ਫਿਰ ਕਬੂਤਰ ਵੱਡਾ ਹੋਈ ਜਾਂਦਾ ਹੁੰਦਾ ਨਾ, ਫਿਰ ਤੰਗ ਕਰਦਾ ਹੁੰਦਾ ਉੱਡਣ ਵੇਲੇ। ਦੋਨੋਂ ਬੱਚੇ ਮੈਂ ਇੱਕ ਹੱਥ ਦੇ ਵਿੱਚ ਫੜ ਲਏ ਤੇ ਹੁਣ ਇਹਨਾਂ ਨੂੰ ਮੈਂ ਇੱਥੋਂ ਹੀ ਐਵੇਂ ਛੱਡੂਗਾ, ਕਿਉਂਕਿ ਦੋਨੋਂ ਬੱਚੇ ਛਤਰੀ ਦੇ ਪੱਕੇ ਆ। ਇਹ ਤਾਂ ਬੱਚਾ ਉੱਡਦਾ ਰਿਹਾ, ਇਹ ਬੱਚਾ ਅੱਜ ਪਹਿਲੀ ਵਾਰ ਉੱਡਣ ਲੱਗਿਆ। ਇਹ 1 2 ਉੱਡ ਗਿਆ। ਆ ਬੈਠ ਗਿਆ ਛਤਰੀ ਤੇ। ਇੱਕ ਮਿੰਟ ਯਾਰ, ਮੈਨੂੰ ਛਤਰੀ ਥੱਲੇ ਕਰਨ ਦਿਓ, ਨਹੀਂ ਇਹਦੇ ਨਾਲ ਡਾ ਕੇ ਦੇਖਦਾ, ਇਹ ਭਾਰਾ ਹੀ ਬਹੁਤ ਆ। ਦੂਜਾ ਵੀ ਆ ਕੇ ਬੈਠ ਗਿਆ, ਦੋਨੋਂ ਬੈਠ ਗਏ। ਤੇਰੀ ਨੂੰ ਇਹ ਪੱਥਰ ਦੇ ਵਿੱਚੋਂ ਮੈਂ ਬਾਹਰ ਕੱਢ ਲਿਆ ਛਤਰੀ ਦਾ, ਜੋ ਬਾਂਸ ਬਈ ਮੇਰੇ ਹੱਥ ਦੇ ਵਿੱਚ ਆ, ਹੌਲੀ ਹੌਲੀ ਕਰਕੇ ਥੱਲੇ ਨੂੰ ਆਉਂਦਾ। ਇਹ ਆ ਗਏ ਦੋਨੋਂ ਬੱਚੇ, ਚੱਲ ਵੀ ਉੱਡ, ਤੂੰ ਵੀ ਉੱਡ। ਆਸ਼ ਉੱਡ ਗਿਆ। ਛਤਰੀ ਨੂੰ ਇਹ ਥੱਲੇ ਕਰਨਾ ਪੈਣਾ ਸੀ, ਇਹਦਾ ਹੱਲ ਇਹੀ ਸੀ। ਆ ਗਿਆ ਨਵਾਂ ਬੱਚਾ ਬਾਈ, ਇਹ ਆ ਉੱਡ ਬਈ ਉੱਡ। ਜਦੋਂ ਇੱਧਰ ਉੱਧਰ ਕਿਤੇ ਬੈਠਣ ਦੀ ਉੱਡ ਕੋਸ਼ਿਸ਼ ਕਰੂਗਾ, ਫਿਰ ਆਪਾਂ ਛਤਰੀ ਨੂੰ ਖੜਾ ਕਰ ਦਾਂਗੇ ਔਰ ਛਤਰੀ ਤੇ ਇਹਨੂੰ ਬਿਠਾ ਲਾਂਗੇ। ਦੂਜੇ ਬੱਚੇ ਇਹਨੂੰ ਉੱਡਣਾ ਸਿਖਾ ਬਾਈ, ਜਿਵੇਂ ਤੂੰ ਸਿੱਖਿਆ। ਓਏ ਹੋਏ, ਗੇਟ ਖੁੱਲ ਗਿਆ, ਇਹਨੂੰ ਬੰਦ ਕਰੀਏ। ਆ ਦੇਖੋ ਉੱਡਦਾ, ਹਲੇ ਤਾਂ ਬਾਈ ਤੇਜ਼ ਉੱਡੂਗਾ, ਹਲੇ ਤਾਂ ਇਹਨੂੰ ਵਿਚਾਰੇ ਨੂੰ ਉੱਡਣ ਦਾ ਵੀ ਨਹੀਂ ਪਤਾ, ਐਵੇਂ ਸਿੱਖ ਜੂਗਾ ਹੌਲੀ ਹੌਲੀ ਕਰਕੇ। ਉੱਡ ਬਾਈ ਉੱਡ, ਹਾਂ ਲਾ ਜ਼ੋਰ ਥੋੜਾ। ਆ ਗਿਆ ਇਹ ਬੱਚੇ ਨੂੰ ਮੈਂ ਇਸੇ ਕਰਕੇ ਇਹਦੇ ਨਾਲ ਉਡਾਇਆ, ਕਿਉਂਕਿ ਇਹ ਬੱਚਾ ਬਾਈ ਬਹੁਤ ਛੋਟਾ ਗੇੜਾ ਪਾ ਕੇ ਉੱਡਦਾ। ਜੇ ਆਪਾਂ ਵੱਡੇ ਗੇੜੇ ਵਾਲਾ ਕਬੂਤਰ ਉਡਾਵਾਂਗੇ ਫਿਰ ਨਵੇਂ ਬੱਚੇ ਨੂੰ ਭਜਾ ਵੀ ਸਕਦਾ। ਆ ਦੇਖੋ ਉੱਡਦਾ, ਆ ਦੇਖੋ ਉੱਡ ਬਾਈ ਉੱਡ, ਹਾਂ ਲਾ ਜ਼ੋਰ, ਐਵੇਂ ਫੰਗ ਜੇ ਨਾ ਛੱਡ। ਛਤਰੀ ਆਪਣੀ ਫੈਟਾ ਡੰਡਾ ਵਿੱਚ ਪਾਇਆ ਹੋਇਆ, ਬਸ ਐਵੇਂ ਖੜੀ ਕਰ ਦੇਣੀ ਆ ਸਿੱਧੀ। ਆ ਉੱਡਦੇ ਆ ਬਾਈ ਦੋਨੋਂ ਬੱਚੇ ਨੂੰ ਪਹਿਲੀ ਵਾਰ ਖੁੱਡੇ ਦੇ ਵਿੱਚੋਂ ਕੱਢ ਕੇ ਉਡਾਇਆ, ਫਿਰ ਵੀ ਚਲੋ ਵਧੀਆ ਉੱਡਦਾ। ਐਵੇਂ ਤਾਂ ਨਹੀਂ ਵੀ ਆਪਣੇ ਘਰ ਤੋਂ ਦੂਰ ਚਲਿਆ ਗਿਆ ਜਾਂ ਇੱਧਰ ਉੱਧਰ ਕਿਤੇ ਬੈਠ ਗਿਆ, ਇਹ ਤਾਂ ਵਧੀਆ ਯਾਰ। ਆ ਦੇਖੋ ਆਪਣੀ ਛੱਤ ਦੇ ਉੱਪਰ ਆ ਕੇ ਖੰਭ ਛੱਡ ਰਿਹਾ, ਇਹਨੂੰ ਵੀ ਪਤਾ ਵੀ ਮੇਰਾ ਘਰ ਇਹੀ ਆ। ਆ ਲਓ ਵੀ ਛਤਰੀ ਨੂੰ ਕਰਤਾ ਮੈਂ ਖੜੀ, ਇਹ ਉੱਡਦਿਆ ਦੋਨੋਂ ਬੱਚੇ ਛਤਰੀ ਦੇ ਉੱਪਰ। ਬਸ ਹੁਣ ਆ ਕੇ ਛਤਰੀ ਤੇ ਬੈਠ ਜਾਵੇ ਨਾ, ਆਪਣੀ ਬਾਈ ਮਿਹਨਤ ਦਾ ਮੁੱਲ ਪੈ ਜੂਗਾ। ਬਸ ਤੁਸੀਂ ਮੈਨੂੰ ਕਮੈਂਟ ਕਰਕੇ ਕਹਿੰਦੇ ਹੁੰਦੇ ਸੀ ਵੀ ਬਾਈ ਵੱਡੀ ਛਤਰੀ ਲਾ, ਕਿਉਂ ਫਿਰ ਮੈਂ ਤੁਹਾਡੀ ਮੰਨੀ ਗੱਲ, ਠੋਕਤੀ ਵੱਡੀ ਛਤਰੀ। ਤੇ ਇਹ ਗੇਟ ਖੋਲ ਕੇ ਜੋ ਆਪਣੇ ਬਾਈ ਕਬੂਤਰ ਉੱਡ ਕੇ ਆਇਆ, ਪਾਣੀ ਦੀ ਵੇਟ ਕਰਦੇ ਆ, 10-15 ਮਿੰਟ ਹੋ ਗਏ। ਓਏ ਔਰ ਰੱਖਤਾ ਬਾਈ ਪਾਣੀ, ਹਾਂ ਦੇਖੋ ਕਿੰਨੀ ਸਪੀਡ ਨਾਲ ਗਿਆ ਉਡਾਉਣ ਦਾ ਬਾਪ। ਦੂਜਾ ਕਬੂਤਰ ਵੀ ਦੇਖੋ ਕਿੰਨੀ ਜਲਦੀ ਜਲਦੀ ਗਿਆ। ਚਲੋ ਬਸ ਬਈ ਬਸ ਥੋੜਾ ਜਿਹਾ ਇਹ ਕਬੂਤਰ ਨੂੰ ਪੀ ਲੈਣ ਦੋ, ਇਹ ਤੋਂ ਪੀਤਾ ਨਹੀਂ ਗਿਆ। ਚਲ ਬਸ 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 ਬਈ ਬਸ, ਉਹ ਬਸ ਯਾਰ, ਬਾਕੀ ਫੇਰ ਪੀ ਲਿਓ, ਕੁਛ ਕੁ ਟਾਈਮ ਰੁਕ ਜਾਓ। ਜੋ ਆਪਣੇ ਕਬੂਤਰ ਉੱਡ ਕੇ ਆਇਆ ਉਹਨਾਂ ਨੂੰ ਮੈਂ ਪਿਲਾਉਂਦਾ ਸੀ ਪਾਣੀ, ਇਹ ਤਾਂ ਬੜਾ ਪੰਗਾ ਯਾਰ, ਫੋਨ ਦੀ ਬੈਟਰੀ ਥੋੜੇ ਟਾਈਮ ਬਾਅਦ ਗਰਮ ਹੋ ਜਾਂਦੀ ਆ। ਬੱਚਾ ਬਾਈ ਆ ਕੇ ਆਪਣੀ ਛਤਰੀ ਤੇ ਬੈਠਿਆ ਸਿੱਧਾ, ਇਹ ਚਲੋ ਵਧੀਆ ਹੋ ਗਿਆ। ਤੇ ਹੁਣ ਇਹ ਗੇਟ ਖੋਲਦੇ ਆ, ਦੇਖਦੇ ਆ ਵੀ ਉੱਥੋਂ ਸਿੱਧਾ ਉੱਡ ਕੇ ਅੰਦਰ ਜਾਊਗਾ ਜਿਵੇਂ ਆਪਣੇ ਬਾਕੀ ਦੇ ਕਬੂਤਰ ਜਾਂਦੇ ਆ। ਆ ਜਾਓ। ਇਹ ਤਾਂ ਪੁਰਾਣਾ ਬਈ, ਇਹਨੂੰ ਤਾਂ ਪਤਾ ਕਿਵੇਂ ਅੰਦਰ ਜਾਣਾ। ਆ ਜਾ ਬਈ, ਤੂੰ ਵੀ ਐਵੇਂ ਜਾਣਾ ਅੰਦਰ। ਥੱਕ ਗਿਆ ਯਾਰ ਬੱਚਾ, ਜ਼ੋਰ ਮਾਰ ਗਿਆ। ਓਏ ਅੰਦਰ ਚਲੋ ਅੰਦਰ ਚਲੋ। ਓਏ ਉੱਡ ਗਈ ਯਾਰ ਇਹ ਕਬੂਤਰੀ, ਚਲੋ ਉੱਡ ਜਾਣ। ਬਾਲਟੀ ਪਈ ਆ ਪਾਣੀ ਵਾਲੀ, ਆ ਦੇਖੋ ਇਹ ਪਾਣੀ ਨੂੰ ਰੱਖਦੇ ਆਪਾਂ ਇੱਥੇ। ਆ ਜਾ ਬਈ, ਓਨੇ ਟਾਈਮ ਦਾ ਤੂੰ ਇੱਥੇ ਬੈਠਾ। ਆ ਜਾ ਚਲੋ ਯਾਰ, ਇਹ ਬੱਚੇ ਨੂੰ ਮੈਂ ਅੰਦਰ ਕਰਦਾ ਰਹੂੰਗਾ ਤੇ ਇਹ ਬਲੌਗ ਦਾ ਆਪਾਂ ਇੱਥੇ ਐਂਡ ਕਰ ਦਿੰਦੇ ਹਾਂ। ਇੱਕ ਮਿੰਟ ਸਾਹ ਲੈਣ ਦਿਓ, ਕਿਉਂਕਿ ਜਦੋਂ ਛੱਤ ਦੇ ਉੱਪਰ ਆਉਂਦੇ ਹਾਂ ਦਮ ਚੜਦਾ ਯਾਰ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਯਾਰ ਜ਼ਰੂਰ ਬਈ ਸਬਸਕ੍ਰਾਈਬ ਕਰ ਲਿਓ, ਤਾਂ ਜੋ ਤੁਹਾਡੀ ਨੋਟੀਫਿਕੇਸ਼ਨ ਉੱਪਰੋਂ ਫਿਰ ਆ ਜਾਊ, ਫਿਰ ਤੁਸੀਂ ਆਪਣੇ ਬਲੌਗ ਨੂੰ ਜਲਦੀ ਜਲਦੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ। ਤਾਂ ਕਰਕੇ ਕਹਿਣਾ, ਦੇਖੋ ਕਿਵੇਂ ਖੜਿਆ, 3-9 ਦੇ 3-9 ਦੇ।